ਸਤਿ ਸ਼੍ਰੀ ਅਕਾਲ। ਜਿਵੇਂ ਤੁਹਾਨੂੰ ਸਭ ਨੂੰ ਪਤਾ ਹੈ ਕਿ ਸਬ ਇੰਸਪੈਕਟਰ ਦਾ ਪੇਪਰ ਜਿਹੜਾ ਵੱਖਰੀਆਂ ਵੱਖਰੀਆਂ ਸ਼ਿਫਟਸ ਦੇ ਵਿੱਚ ਹੋ ਰਿਹਾ, ਸੋ ਇਸੇ ਦੌਰਾਨ ਅੱਜ ਕੁਝ ਬੱਚਿਆਂ ਦਾ ਪੇਪਰ ਜਿਹੜਾ ਮਿਸ ਹੋ ਗਿਆ, ਜਿਨ੍ਹਾਂ ਦੀ ਵੀਡੀਓ ਮੈਂ ਇਸੇ ਹੀ ਵੀਡੀਓ ਦੇ ਵਿੱਚ ਸ਼ੇਅਰ ਕਰਾਂਗੀ। ਸੋ ਇਹ ਸਟੂਡੈਂਟਸ ਜਿਹੜੇ ਆ, ਇਹਨਾਂ ਦਾ ਸੈਂਟਰ ਜਲੰਧਰ ਦੇ ਵਿੱਚ ਬਣਿਆ ਸੀਗਾ ਔਰ ਜਲੰਧਰ ਦੇ ਆਸ ਪਾਸ ਦੇ ਏਰੀਆਜ਼ ਦੇ ਵਿੱਚ ਹੀ ਇਹਨਾਂ ਦੀ ਰਿਹਾਇਸ਼ ਆ। ਪਰ ਫਾਰਮਰ ਪ੍ਰੋਟੈਸਟ ਦੇ ਕਰਕੇ, ਕਿਉਂਕਿ ਰਸਤੇ ਦੇ ਵਿੱਚ ਹਾਈਵੇ ਜਿਹੜਾ ਬਲੌਕ ਸੀਗਾ ਔਰ ਜਿੱਥੇ ਇਹਨਾਂ ਨੂੰ 20 ਤੋਂ 25 ਮਿੰਟ ਲੱਗਣੇ ਸੀ ਪਹੁੰਚਣ ਲਈ, ਉੱਥੋਂ ਇਹਨਾਂ ਨੂੰ 2.5 ਤੋਂ 3 ਘੰਟੇ ਜਿਹੜੇ ਆ ਉਹ ਲੱਗੇ ਆ ਆਪਣੇ ਡੈਸਟੀਨੇਸ਼ਨ 'ਤੇ ਪਹੁੰਚਣ ਲਈ। ਸੋ ਸਰਕਾਰ ਨੂੰ ਬੇਨਤੀ ਹੈ ਕਿ ਜਿਹੜੇ ਸਲੋਟਸ ਰਹਿੰਦੇ ਨੇ ਸਬ ਇੰਸਪੈਕਟਰ ਦੇ, ਜਿਵੇਂ ਕੁਛ ਦਿਨਾਂ ਦੇ ਵਿੱਚ ਮੇਰੇ ਖਿਆਲ ਐਗਜ਼ਾਮਸ ਹੋਰ ਵੀ ਹੈਗੇ ਨੇ, ਹਜੇ ਬੱਚਿਆਂ ਦੇ ਸ਼ਿਫਟਸ ਜਿਹੜੀਆਂ ਹੋਰ ਵੀ ਹੈਗੀਆਂ, ਸੋ ਇਹਨਾਂ ਸਟੂਡੈਂਟਸ ਦੀ ਰਿਕੁਐਸਟ ਸੁਣੀ ਜਾਏ ਤਾਂ ਕਿ ਇਹਨਾਂ ਦੀ ਜਿਹੜੀ ਮਿਹਨਤ ਆ ਉਹ ਵੇਸਟ ਨਾ ਜਾਏ ਅਤੇ ਇਹਨਾਂ ਨੂੰ ਅਪੋਰਚੁਨਿਟੀ ਦਿੱਤੀ ਜਾਏ ਔਰ ਉਹਨਾਂ ਹੀ ਸਲੋਟਸ ਦੇ ਵਿੱਚ ਇਹਨਾਂ ਦੀ ਐਡਜਸਟਮੈਂਟ ਕਰ ਦਿੱਤੀ ਜਾਏ ਜਿਹਦੇ ਵਿੱਚ ਬਾਕੀ ਸਟੂਡੈਂਟਸ ਨੇ ਹਜੇ ਐਗਜ਼ਾਮ ਦੇਣਾ ਆ, ਤਾਂ ਕਿ ਇਹਨਾਂ ਦੀ ਜਿਹੜੀ ਮਿਹਨਤ ਹੈ ਉਹ ਜਾਇਆ ਨਾ ਜਾਏ। ਸੋ ਸਰਕਾਰ ਨੂੰ ਇਹੀ ਬੇਨਤੀ ਹੈ, ਸੋ ਪਲੀਜ਼ ਤੁਸੀਂ ਵੀ ਸਾਰੇ ਸਟੂਡੈਂਟਸ ਜਿਹੜੇ ਆ ਬੀਂਗ ਸਟੂਡੈਂਟਸ, ਤੁਸੀਂ ਇਹਨਾਂ ਸਟੂਡੈਂਟਸ ਦੀ ਹੈਲਪ ਕਰੋ ਅਤੇ ਇਸ ਵੀਡੀਓ ਨੂੰ ਜਿਹੜਾ ਸਰਕੂਲੇਟ ਕਰੋ, ਸਪੈਸ਼ਲੀ ਟਵਿੱਟਰ ਦੇ ਉੱਤੇ ਔਰ ਕੈਪਟਨ ਸਾਹਿਬ ਨੂੰ ਔਰ ਡੀ ਆਈ ਜਿਹੜੇ ਆਪਣੇ DGP ਨੇ ਉਹਨਾਂ ਨੂੰ ਜ਼ਰੂਰ ਟੈਗ ਕਰ ਦਿਓ ਤਾਂ ਕਿ ਉਹਨਾਂ ਦੇ ਸਾਹਮਣੇ ਇਹ ਇਸ਼ੂ ਜਿਹੜਾ ਆ ਸਕੇ ਅਤੇ ਬੱਚਿਆਂ ਦਾ ਜਿਹੜਾ ਇਹ ਚਾਂਸ ਹੈ, ਇੰਨੇ ਸਾਲਾਂ ਬਾਅਦ ਇਹ ਚਾਂਸ ਆਇਆ ਅਤੇ ਉਹਨਾਂ ਦਾ ਇਹ ਚਾਂਸ ਜਿਹੜਾ ਵੇਸਟ ਨਾ ਜਾਏ। ਸੋ ਇੱਕ ਵਾਰੀ ਤੁਸੀਂ ਸਟੂਡੈਂਟਸ ਦੀ ਰਿਕੁਐਸਟ ਜਿਹੜੀ ਹੈ ਜ਼ਰੂਰ ਸੁਣ ਲਓ। ਸਤਿ ਸ਼੍ਰੀ ਅਕਾਲ, ਅੱਜ ਅਸੀਂ SSP ਦਫ਼ਤਰ ਜਲੰਧਰ ਵਿੱਚ ਖੜ੍ਹੇ ਹਾਂ। ਸਾਡੇ ਸਾਰਿਆਂ ਦਾ ਅੱਜ ਪ੍ਰੋਬਲਮ ਇਹ ਹੋ ਗਈ ਸੀਗੀ, ਸਾਡਾ ਸਬ ਇੰਸਪੈਕਟਰ ਦਾ ਪੇਪਰ ਸੀ ਜੋ ਕਿ ਕਿਸਾਨੀ ਧਰਨੇ ਕਰਕੇ ਨਹੀਂ ਹੋ ਪਾਇਆ। ਉਹਦੇ ਕਾਰਨ ਇਹ ਸੀਗਾ, ਰਸਤੇ ਦੇ ਵਿੱਚ ਟ੍ਰੈਫਿਕ ਬਹੁਤ ਜ਼ਿਆਦਾ ਸੀਗੀ, ਥਾਂ ਥਾਂ ਧਰਨੇ ਲੱਗੇ ਹੋਏ ਸੀਗੇ। ਫਗਵਾੜੇ ਤੋਂ ਜਲੰਧਰ ਰੋਡ ਦੇ ਵਿੱਚ ਜਾਂ ਜਲੰਧਰ ਦੇ ਆਸ ਪਾਸ ਜੋ ਇਲਾਕੇ ਸੀਗੇ ਸਾਰੇ ਧਰਨੇ ਨਾਲ ਪ੍ਰਭਾਵਿਤ ਸੀਗੇ। ਸੋ ਇਸ ਕਰਕੇ ਸਾਡੇ ਉੱਥੇ ਸੈਂਟਰ ਪਹੁੰਚਣ ਵਿੱਚ ਸਾਨੂੰ ਕਾਫੀ ਦੇਰੀ ਹੋਈ ਆ, ਤਾਂ ਜੋ ਸਾਡਾ ਪੇਪਰ ਨਹੀਂ ਹੋ ਪਾਇਆ। ਪਰ ਅਸੀਂ 15 ਤੋਂ 20 ਮਿੰਟ ਲੇਟ ਸੀਗੇ, 12:30 ਵਜੇ ਸਾਡਾ ਐਂਟਰੀ ਟਾਈਮ ਸੀ, ਪਰ ਅਸੀਂ 1:45 'ਤੇ ਉੱਥੇ ਪਹੁੰਚ ਚੁੱਕੇ ਸੀ, ਪਰ ਉੱਥੇ ਦੇ ਸਟਾਫ ਨੇ ਸਾਨੂੰ ਅੰਦਰ ਐਂਟਰੀ ਨਹੀਂ ਦਿੱਤੀ। ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਸਾਡਾ ਪੇਪਰ ਦੁਬਾਰਾ ਦਿੱਤਾ ਪਵਾਇਆ ਜਾਵੇ। ਅਸੀਂ ਆਪ ਜੀ ਦਾ ਬਹੁਤ ਧੰਨਵਾਦੀ ਹੋਵਾਂਗੇ। ਸੋ ਮੇਰੀ ਸਰਕਾਰ ਨੂੰ ਬੇਨਤੀ ਹੈ ਕਿ ਪਲੀਜ਼ ਇਹਨਾਂ ਸਟੂਡੈਂਟਸ ਦਾ ਧਿਆਨ ਰੱਖਦੇ ਹੋਏ, ਇਹਨਾਂ ਦੀ ਮਿਹਨਤ ਦਾ ਧਿਆਨ ਰੱਖਦੇ ਹੋਏ, ਪਲੀਜ਼ ਇਹਨਾਂ ਨੂੰ ਆਉਣ ਵਾਲੇ ਜਿਹੜੇ ਸਬ ਇੰਸਪੈਕਟਰ ਦੇ ਸਲੋਟਸ ਨੇ ਉਹਨਾਂ ਦੇ ਵਿੱਚ ਇਹਨਾਂ ਦੀ ਐਡਜਸਟਮੈਂਟ ਜਿਹੜੀ ਹੈ ਕਰ ਦਿੱਤੀ ਜਾਏ ਤਾਂ ਕਿ ਇਹਨਾਂ ਦੀ ਜਿਹੜੀ ਅਪੋਰਚੁਨਿਟੀ ਹੈ ਉਹ ਵੇਸਟ ਨਾ ਜਾਏ, ਇਹਨਾਂ ਦੀ ਮਿਹਨਤ ਜਿਹੜੀ ਹੈ ਉਹ ਜਾਇਆ ਨਾ ਜਾਏ। ਧੰਨਵਾਦ।